ਜ਼ੈਦ ਕਿੱਥੇ ਰਹਿਣਾ ਹੈ ਮੈਂ ਲੋ ਲਾਹੌਰ ਕਿਹੜੀ ਜਗ੍ਹਾ ਦਾ ਰਹਿਣਾ ਹਰਬੰਸਪੁਰੇ ਦਾ ਕੀ ਕਰਨਾ ਹੈ ਮੈਂ ਮੋਟਰਸਾਈਕਲ ਚਲਾਉਣਾ ਵਾ ਉਬਰ ਤੇ ਉਬਰ ਤੇ ਮੋਟਰਸਾਈਕਲ ਚਲਾਉਣਾ ਹੈ ਕਿੰਨੇ ਭੈਣ ਭਰਾ ਹੋ ਇੱਕ ਭਾਈ ਨੇ ਦੋ ਭੈਣ ਅੱਛਾ ਇੱਕ ਭਾਈ ਤੂੰ ਇਕੱਲਾ ਹੈ ਭਰਾ ਵੱਡਾ ਹੈ ਠੀਕ ਹੈ ਵਾਲਦ ਦੇ ਗਏ ਵਾਲਦਾ ਵੀ पके पके लोड शिफ्ट हो गए उस तो बाद हुण एक साल काम उत्थे कीता है ते उस तो बाद वापसी फिर इधर शिफ्ट हो गए घर दे भी हालात ठीक ना बंदा बेच होना जरूरी होंगे कि बेगम ही फिर वो फोर्स करते हैं ठीक है शादी कदों हुई तेरी 2017 च अच्छा 2019 च तू कराची गया हां जी 2019 च मैं कराची गया उस तो बाद सर ये 5 माह तो इतनी हम मोटरसाइकिल चला रहे हैं ते अब पिछले यही वैसे हाथ में दुआ शाम होंगी रही फेसबुक पर या फोन शून तो हाल चल गई हाल ठीक है दोस्त थी अच्छा सर कोई ऐसा कोई खास दोस्त नहीं बस एक दोस्त ही जिदे को मैं काम करना हां अच्छा ओदा दोस्त ही अच्छा तो ओदे ओदे काम दे से जेम के गुना वो पार्टनर ही दोवी आपस तो मेनु काम भेज देंदा जा मेरा काम करके आ मैं फिर जाना हां फिर मिलना ही ओदे नाल ही गड्डी चलाना हां ते मिलने चले जाने हां 2019 वाली हां जी 19 तो टने और चुके हां जी 19 तो 20 तक ओदो ओदे नाल तल्लुक बनया है तल्लुक एक तल्लुक बन गया है ठीक है की करदा सी हाशम हाशम दे रेंटे कार है सर गड्डियां दा काम सेल परचेज रेंटे कार ते प्रॉपर्टी ਦਾ ਵੀ ਕੰਮ ਕਰਦਾ ਹਾਂ ਠੀਕ ਹੈ ਫਿਰ ਕਿੰਜੇ ਜ਼ਿੰਦਗੀ ਚੱਲਦੀ ਰਹੀ ਅੱਗੇ ਤੋਂ ਫਿਰ ਵਾਪਸ ਇੱਧਰ ਆ ਗਿਆ ਵਾਪਸ ਫਿਰ ਮੈਂ ਇੱਧਰ ਆ ਗਿਆ ਫਿਰ ਮਿੱਥੀ ਆ ਕੇ ਕੰਮ ਕਰ ਰਿਹਾ ਹਾਂ ਉਬਰ ਤੇ ਮੋਟਰਸਾਈਕਲ ਚਲਾ ਰਿਹਾ ਹਾਂ ਹਾਂ ਤੇ ਆ ਪਿਛਲੇ ਮੰਨ ਤੋਂ ਬਹਾਸ਼ਮ ਨੇ ਕਿਹਾ ਇੱਕ ਮਹਿਮਾਨ ਆ ਰਿਹਾ ਤੇਰੇ ਕੋਲ ਇਹ ਲੋਰ ਤੇ ਯਾਰ ਉਹਨੂੰ ਘੁਮਾ ਫਰਾ ਦੇਈ ਮੈਂ ਕਿਹਾ ਚਲੋ ਠੀਕ ਹੈ ਅਹਿਮਦ ਗੁਲ ਅੱਛਾ ਇੱਥੇ ਮੇਰੇ ਕੋ ਪਹੁੰਚਿਆ ਉਹ ਤੇ ਉਹਨੂੰ ਮੈਂ ਰਿਸੀਵ ਕੀਤਾ ਖਾਣਾ ਛਾਣਾ ਖਿਲਾਇਆ ਰਾਤ ਰਿਹਾ ਸਵੇਰ ਉਹਦੇ ਕੋ ਪੁੱਛਿਆ ਖੈਰੀਅਤ ਹੀ ਕਦੋਂ ਪਹੁੰਚਿਆ 7 ਜਨਵਰੀ ਨੂੰ ਸਰ ਇਹ 7 ਜਨਵਰੀ ਨੂੰ ਹਾਂ ਠੀਕ ਹੈ ਤੇ ਉਹ ਮੇਰੇ ਕੋ ਪਹੁੰਚਿਆ ਖਾਣਾ ਛਾਣੇ ਖਲਾਇਆ ਤੇ ਮੈਂ ਪੁੱਛਿਆ ਖੈਰੀਅਤ ਨਾਲ ਆਏ ਉਹਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਇੱਕ ਬੰਦੇ ਕੋ ਪੈਸੇ ਲੈਣੇ ਨੇ ਹਾਸ਼ਮ ਕੋ ਮੈਂ 10 ਲੱਖ ਰੁਪਏ ਲੈਣਾ ਹੈ ਹਾਸ਼ਮ ਨੇ ਮੈਨੂੰ ਇੱਥੇ ਭੇਜਿਆ ਕਿ ਮੈਂ ਲੋੜ ਇੱਕ ਬੰਦੇ ਕੋ ਪੈਸੇ ਲੈਣੇ ਨੇ ਮੇਰਾ ਦੋਸਤ ਹੈ ਉੱਤੇ ਉਹਦੇ ਕੋ ਚਲੇ ਜਾਓ ਤੋ ਤੁਹਾਨੂੰ ਪੈਸੇ ਦਵਾ ਦੇਦਾ ਮੈਂ ਕਿਹਾ ਜੀ ਹਾਸ਼ਮ ਨੇ ਤਾਂ ਮੈਨੂੰ ਨਹੀਂ ਦੱਸਿਆ ਉਹਨੇ ਰੱਖਿਆ ਇੱਕ ਦੋਸਤ ਆ ਰਿਹਾ ਮੇਰਾ ਤੇ ਮੈਂ ਫਿਰ ਹਾਸ਼ਮ ਨੂੰ ਪੁੱਛਿਆ ਕਿਹਦੇ ਕੋ ਪੈਸੇ ਲੈਣੇ ਉਹਨੇ ਕਿਹਾ ਯਾਰ ਇੱਕ ਬੰਦੇ ਨੂੰ ਮੈਂ ਗੱਡੀ ਵੇਚੀ ਸੀ ਉਹ ਲੋੜ ਹੈ ਤੂੰ ਉਹਨੇ ਪੈਸੇ ਦੇਣੇ ਨੇ ਇੱਕ ਦੋ ਦਿਹਾੜੀ ਚ ਇਹਨੂੰ ਦਵਾ ਦੇਈ ਤੇ ਇਹ ਵਾਪਸ ਆ ਗਿਆ ਉਹ ਕੌਣ ਸੀ ਕੋਈ ਨਹੀਂ ਅੱਛਾ ਐਵੇਂ ਹੀ ਬਸ ਬੰਦਾ ਸੀ ਉਹ ਜੋ 2-3 ਦਿਨ ਹੈ ਉਹ ਅਹਿਮਦ ਗੁਲ ਜਿਹੜਾ ਮੁੰਡਾ ਹੀ ਇੱਥੇ ਆਇਆ ਸੀ ਹੁਣ ਉਹ ਦੱਸਦਾ ਰਿਹਾ ਕਿ ਹਾਂ ਤੈਨੂੰ ਅੱਜ ਮਿਲਦੇ ਨੇ ਇੱਕ ਰਾਤ ਹੋਇਆ ਉਹ ਬੰਦਾ ਫੋਨ ਚੁੱਕਿਆ ਉਹਨਾਂ ਕਿ ਕੱਲ ਦੇਣਾ ਵਾ ਅੱਜ ਫਿਰ ਹਫਤਾ ਆ ਗਿਆ ਨਹੀਂ ਅਹਿਮਦ ਗੁਲ ਨੂੰ ਕਿੱਥੇ ਰੱਖਿਆ ਤੂੰ ਮੈਂ ਘਰ ਸਰ ਆਪਣੇ ਘਰ ਕੱਪਣਾ ਘਰ ਹੈ ਤੁਹਾਡਾ ਨਹੀਂ ਰੈਂਟ ਤੇ ਕਿੱਥੇ ਗਿਆ ਹਰਬੰਸਪੁਰ ਅੱਛਾ ਹਰਬੰਸਪੁਰ ਹਾਂ ਤੇ ਰੈਂਟ ਤੇ ਤੇ ਮੈਂ ਬੈਠੇ ਤੇ ਉਹਨੂੰ ਸਵਾ ਦੇਣਾ ਹਾਂ ਅੱਛਾ ਤੇ ਮੋਟ ਮੇ ਕੋ ਜਗ੍ਹਾ ਨਹੀਂ ਆ ਰੱਖਣ ਦੀ ਮੈਂ ਕਿੱਥੇ ਉਹਨੂੰ ਰੱਖਣਾ ਹੈ ਤੇ ਮੈਂ ਉੱਥੇ ਉਹਨੂੰ ਉੱਥੇ ਰੱਖਿਆ ਸੀ ਉਸ ਤੋਂ ਬਾਅਦ ਜਿਉ 3-4 ਦਿਨ ਅਹਿਮਦ ਗੁਲ ਨੂੰ ਪਤਾ ਲੱਗੇ ਕਿ ਇੱਥੇ ਤੂੰ ਮੈਨੂੰ ਕੋਈ ਪੈਸੇ ਮਿਲਣੇ ਹੀ ਕੋ ਨਹੀਂ ਤੇ ਮੈਂ ਵਾਪਸੀ ਜਾਣਾ ਵਾ ਉਹ ਅਹਿਮਦ ਗੁਲ ਜਿਹਨੇ ਮੇਰੇ ਕੋ ਚਲਾ ਗਿਆ ਚੌਥੇ ਦਿਨ ਚਲਾ ਗਿਆ ਕਿੱਥੇ ਗਿਆ ਹੋਟਲ ਚ ਕਿਹੜੇ ਹੋਟਲ ਇਹ ਇੱਥੇ ਕਿਸੇ ਹੋਟਲ ਨੂੰ ਸਟੇ ਕੀਤਾ ਸੀ ਤੇ ਉੱਥੇ ਉਹਨੇ ਸਟੇ ਨਹੀਂ ਤੇਰੇ ਹਲ ਨਹੀਂ ਸਟੇ ਕੀਤਾ ਸੀ ਜੋ 4 ਦਿਨ ਮੇਰੇ ਕੋ ਕੀਤਾ ਨਾ ਉਸ ਬਸ ਸਟੇਸ਼ਨ ਵੱਲ ਚਲਾ ਗਿਆ ਕਿਉਂਕਿ ਉਹਨੂੰ ਹਾਸ਼ਮ ਨੂੰ ਕਿਹਾ ਕਿ ਮੈਂ ਕਰਾਚੀ ਵਾਪਸ ਆ ਰਿਹਾ ਵਾਂ ਤੂੰ ਮੇਰਾ ਝੂਠ ਬੋਲ ਰਿਹਾ ਇੱਥੇ ਪੈਸੇ ਲੈਣੇ ਤੇ ਕੋਈ ਬੰਦਾ ਵੀ ਨਹੀਂ ਮਿਲਾਇਆ ਜਿਹਦੇ ਕੋ ਪੈਸੇ ਲੈਣੇ ਨੇ ਆ ਜਿਹਦੇ ਨਾਲ ਮਿਲਣਾ ਹੈ ਬੰਦਾ ਤੇ 10 ਦਿਨ ਮੈਂ ਜਾ ਕੇ ਮਿਲਾਂ ਤੇ ਸਹੀ ਉਹ ਸਮਝ ਰਿਹਾ ਕਿ ਹਾਸ਼ਮ ਝੂਠ ਬੋਲ ਰਿਹਾ ਉਹਨੇ ਵਾਪਸੀ ਜਾਣ ਦੀ ਤਿਆਰੀ ਕਰ ਲਈ ਜਿਸ ਦਿਨ ਉਹ ਮੇਰੇ ਕੋ ਚਲਾ ਗਿਆ 5ਵੀਂ ਰਾਤ ਉਹ ਇਹ ਫਿਰ ਮੈਨੂੰ ਹਾਸ਼ਮ ਦਾ ਫੋਨ ਆਇਆ ਉਹਨੇ ਕਿਹਾ ਯਾਰ ਤੇਰੇ ਨਾਲ ਕੰਮ ਹੈ ਬਹੁਤ ਜ਼ਰੂਰੀ ਮੈਂ ਕਿਹਾ ਖੈਰੀਅਤ ਉਹਨੇ ਮੈਨੂੰ ਦੱਸਿਆ ਕਿ ਇਹਦਾ ਬੰਦਾ ਹੈ ਇਹਦਾ ਉੱਥੇ ਮਰਡਰ ਕਰਵਾਉਣਾ ਹੈ ਮੈਂ ਕਤਲ ਕਰਾਉਣਾ ਹੈ ਇਹ ਕੀ ਨਾਮ ਸੀ ਉਹਦਾ ਅਹਿਮਦ ਹਾਂਜੀ ਮੈਂ ਕਿਹਾ ਯਾਰ ਕਿਉਂ ਕੀ ਵਜ੍ਹਾ ਹੈ ਉਹਨੇ ਸਾਰੀ ਵਜ੍ਹਾ ਮੈਨੂੰ ਦੱਸੀ ਕਿ ਇੰਜਨ ਵਜ੍ਹਾ ਹੈ ਮੈਂ ਬਹੁਤ ਪਰੇਸ਼ਾਨ ਹਾਂ ਮਜਬੂਰ ਹਾਂ ਮੈਂ ਇਹਦੇ ਕੋ ਆਪਣਾ ਭਰਾ ਦਾ ਮਰਡਰ ਕਰਵਾਇਆ ਸੀ ਭਰਾ ਦਾ ਸਕੇ ਭਰਾ ਦਾ ਸਕੇ ਭਰਾ ਦਾ ਵੱਡਾ ਦਾ ਛੋਟੇ ਦਾ मेरी जिंदगी खराब हो गई तू ही किसी काम करवा दे चलो किसी करवा दे पैसे दे दें तेन मैं थोड़े जे पैसे दे दवांगा मैं चलो मैं इधरों कुछ पैसे मेनू मिल जाते ਤੇ ਚਲੋ ਮੇਰੇ ਹਾਲਾਤ ਥੋੜੇ ਤੰਗ ਹੋ ਤੰਗ ਨੇ ਚਲੋ ਠੀਕ ਹੋ ਮੈਂ ਘਰ ਖੁਸ਼ਹਾਲ ਹੋ ਜਾਏਗਾ ਘਰ ਬਾਰ ਸਾਰੇ ਹਸਨ ਕੇ ਡੰਗੇ ਠੀਕ ਹੈ ਹਾਂ ਮੈਂ ਉਹ ਸਾਰੇ ਇਧਰੋਂ ਫਿਰ ਮੈਂ ਜ਼ੇਨ ਮਲਾਇਆ ਚਲੋ ਯਾਰ ਮੈਂ ਕਿਸੇ ਨੂੰ ਕੀ ਦੇਣੇ ਮੈਂ ਆਪ ਹੀ ਲੈ ਲਾਂਗਾ ਇਹਨੇ ਤਕਰੀਬਨ ਕੋਈ 20-25 ਹਜ਼ਾਰ ਰੁਪਇਆ ਮੈਨੂੰ ਵੈਸੇ ਹੀ ਭੇਜਿਆ ਸੀ
ਉਸ ਤੋਂ ਬਾਦ ਭੇਜਿਆ ਪੈਸੇ ਹਾਸ਼ਮ ਨੇ ਪਹਿਲੇ ਤੈਨੂੰ ਪਹਿਲੇ ਪੈਸੇ ਭੇਜੇ ਹਾਂ ਪਹਿਲੇ ਵੈਸੇ ਭੇਜੇ ਹਨ ਅੱਛਾ ਇਹ ਕੰਮ ਦਾ ਦੱਸਣ ਤੋਂ ਪਹਿਲਾਂ ਭੇਜੇ ਹਨ ਹੁਣ ਕਿੰਨੇ ਦਿਨ ਹੋ ਗਏ ਸੀ ਤੇਰੇ ਕੋਲ ਅਹਿਮਦ ਨੂੰ ਆਏ ਚਾਰ ਦਿਨ ਹੋ ਗਏ ਹਨ ਚਾਰ ਦਿਨ ਹੋ ਗਏ ਪੰਜਵੇਂ ਦਿਨ ਮੈਂ ਨੌ ਤੇ ਹੋਟਲ 'ਚ ਚਲਾ ਗਿਆ ਸੀ ਪੰਜਵੇਂ ਦਿਨ ਹੋਟਲ ਫਿਰ ਅਗਲੇ ਤੇਰੀ ਗੱਲ ਹੋ ਰਹੀ ਹੈ ਹਾਸ਼ਮ ਨਾਲ ਹਾਂ ਹਾਂ ਜੀ ਫਿਰ ਜਿਵੇਂ ਪੰਜਵੇਂ ਦਿਨ ਹੋਟਲ 'ਚੋਂ ਕੀ ਨਾਮ ਮੈਨੂੰ ਲਿਆ ਹੈ ਸ਼ਾਮ 5 ਵਜੇ ਉਸ ਤੋਂ ਬਾਅਦ ਇਹਦੀ ਤਬੀਅਤ ਹਾਂ ਜੀ ਮੈਂ ਇਹਨੂੰ ਲਿਆ ਹੈ ਇਹਦੀ ਤਬੀਅਤ ਥੋੜ੍ਹੀ ਖਰਾਬ ਸੀ ਉਹ ਨਸ਼ਾ ਕਰਦਾ ਸੀ ਨਾ ਤੇ ਉਹ ਆਈਸ ਅੱਛਾ ਆਈਸ ਤੇ ਚਰਸ ਵਗੈਰਾ ਪੀਂਦਾ ਸੀ ਅੱਛਾ ਤੇ ਉਹ ਮੈਨੂੰ ਉਹਦੀ ਤਬੀਅਤ ਖਰਾਬ ਹੀ ਹੁੰਦਾ ਯਾਰ ਮੈਨੂੰ ਖਾਲੀ ਚਰਸ ਦਵਾ ਦਿਓ ਕਿਉਂਕਿ ਤੂੰ ਆਇਸ ਮੈਂ ਕਿਹਾ ਯਾਰ ਮੈਂ ਤੈਨੂੰ ਚਲੋ ਮੈਂ ਤਾਂ ਆਪਣਾ ਕੰਮ ਕਰਨਾ ਸੀ ਜਿਹੜੇ ਮੈਂ ਜ਼ੇਨ ਬਣਾ ਲਿਆ ਸੀ ਮੈਂ ਕਿਹਾ ਚਲੋ ਆਓ ਤੈਨੂੰ ਮੈਨੇਜਰ ਨਾਲ ਕਰਕੇ ਦੇਣਾ ਹੋ ਗਿਆ ਸੀ ਰੈਡੀ बाकी तेन मैं कोई हफ्ते तक फिर 2 लाख रुपया भेज दवा ठीक है 2.5 लाख रुपए हाँ जी 3 लाख रुपया उन्हें मैंनू कहा ठीक है 30-40 हज़ार भेज दो हाँ जी कितने पैसे भेजे सर टोटल उन्हें थोड़े थोड़े करके 50,000 रुपया भेजे कतल तो पहले हाँ जी कतल तो पहले अच्छा ठीक है ते वो उन्हें मैंनू भेज दिते ने ते फिर उन्हें आख्या बाकी तेन मैं 1-2 दिन च 2 लाख भेज दें तेरे अपना अकाउंट नंबर दे मैं इन्हू अपना जायज अकाउंट नंबर दे दिता मैं क्या नंबर तो मेरा अकाउंट बनया है ठीक है सुनसान जगह ही ग्रीन टोन लैके आया चल तू इथे खलो मैं तेरे लिए चर्स लैके आना वा उथे खलोता ही नाल ही गली ही सामने ग्राउंड के सामने नेरा ही रात का टाइम ही मैं फिर गली चो अपना पिस्टल किया है लोड लोड करके वापस ही निकलिया वहाँ तो इधर मुँह उस तरफ में पीछे फायर किया अच्छा कितने मारे कमर तो मारे सिर तो नहीं मारे नहीं अच्छा इतने मारे एक कोई फायर पता नहीं सर बस कितने फायर मारे मैं मेरे को 5 गोलियां सर 5 ही मारती हैं हाँ जी ठीक है फिर है नहीं पता डिग पे आओ बस वो डिग पे आई तो मैं भी अगे जाके मोटरसाइकिल ते हम काम रहा हाँ अच्छा मैं भी डिग पिया हाँ नींद आई नहीं बस उठा रहा घबराहट नाल जनवरी फिर सुबह हुई है अच्छा मैं आखिर में फोन कर देना उन्हें मेरा फोन नहीं चुकिया तो उन्हें नहीं चुकिया उन्हें दस्ता सी के कत्ल कर देना हाँ जी हाँ जी ठीक है ना उन्हें कहे चलो मैं काटना हूँ मैं कहे तू क्या ही मैं तेरे पैसे भेज दें तो अभी तक पैसे नहीं भेजे चलो मैं तेरे मगर कराची ही आना वहाँ तू क्या मैं हूँ अच्छा फिर मैं तो कराची की टिकट लई है अच्छा 13 तरीक नू 12 नू काम होया 13 नू मैं कराची निकलिया वहाँ 14 नू मैं उठे पहुंचा 14 तरीक नू मैंने उठे नहीं मिले उन्हें फोन करता रहा वहाँ काफी फोन में आ रहा हूं मैं पहुंच गया अंदर तो कराची पहुंच गया अच्छा फिर 13 नु मैं जो मेनू पता लग गया कि मेरे नाल फिल्म कर रहा है मैं 15 तरीक दी वापसी दी टिकट ले ले ओदी दुकान ते नहीं गया ओथे रेंटे कार ते मैं ओथे जाना ही नहीं सर मैं घबरा रहा हूं कि अगर मैंने इतना जुल्म किया तो मेरे नाल भी ना कर दे हां तन्नू भी नंबर बात दे मैं ए डर दे मारे वो इलाके च नहीं जा रहा है अच्छा 15 तरीक नु फिर की कीता 15 तरीक नु मैं जुमे दा दिन ही मैनू फोन कीता है मैसेज किए ने इन्हें आख्या चलो मैं आ रहा वहाँ इन्हें मैंने एक जगह से सद्या जेडी जगह तो मैं रह रहा हाँ उथे इन्हें मैंने सद्या है गुलशन इकबाल अच्छा उथे मैं स्टे किया एक दोस्त को उथे इन्हें मैंने सद्या इन्हें आख्या जगह पर आया मैं आख्या मैं आ रहा वहाँ मैं एक अपने मेरे दोस्त ही मैं मैंने उथे ला के आ मैं रेल स्टेशन जाना है उन्हें बाहर ला के महल चो निकल के बाद मेन रोड से मैंने ला दिता है हाशम खान मैं कितने वेखता रहा काफी देर तक के कला या पुलिस है। ये वो जो उन्हें वेख्या मैं कला तो फिर मेरे सामने आया ही ते स्टेशन से मैं छड़ के गया है 15 तरीक नहीं पैसे नहीं देते पैसे नहीं दिते हुए उन्हें 5,000 रुपये दिते उन्हें आखिर 1 तरीक मैं तेरे अकाउंट पैसे पवाना 1 तरीक आज जी एक नंगी अच्छा 1 तरीक मैं तेरे अकाउंट सारे पैसे पवा देना फिर भी तेन कभी जरूरत हुई तो मैं तेरे नाल हाँ अच्छा चीज की जरूरत हुई तू मेरे को मंग ली
पर फिर मैं आ गया 15-30 में, फिर उतों निकल आया वहाँ, कोई मैं स्टेशन से लान आया ही 16 में पहुँच गया। ठीक है, हाशम ने तेरी मुलाकात भी हुई फोन के उत्ते भी, उन्हें तेन कन्विंस किया, उन्हें को पूछा नहीं तू अपना भरा मरवाया क्यों मरवाया, वो स्टोरी की है? उन्हें मैंने नहीं दसा, उन्हें जगह का दसा कि सिर्फ सारी जगह का रोला है बस, नहीं उन्हें मैंने दसा की दसा थोड़ा दस ना तू कह रहा 20-25 फोन हो फिर तेन जाके वो तो मैंने लालच दे रहा है ना, मैंने लालच की बात लालच दे रहा सी, तू पूछा नहीं कि अपना भरा तू क्यों कतल करवाया, दस बच्चों का की मुस्तकबिल है, पहले भी कतल करता रहा हाशम ने, एवं तेन थोड़ी सुपारी दी है, तू पिछे भी कोई उजरती कातल ही होना है, कराची भी कम लाई हाँ, केड़े गैंग ना रहे पहले किसे गैंग ना ले, तो फिर इन्ना हौसला कितों आया तेज, हौसला बिल्कुल नहीं, जो मैं फैर कर लेंगे उदो भी मेरे पास हाथ पैर कम रहे हैं, पिस्तौल कितों आया तेरे को, पिस्तौल मेरे वालिद साहब का होंदा है, वालिद दे के गया सी कि मारने किसे नु, घर रख जांदा है, अच्छा घर रख, लाइसेंसी पिस्तौल, हाँ जी, केड़ा है, 9mm, तो ला के फिर दस, ਤੇ ਉਸੇ ਦਿਨ ਕੱਢਿਆ ਜੀ, ਉਸੇ ਦਿਨ ਕੱਢਿਆ, ਵਾਰਦਾਤਾਂ ਵੀ ਕੀਤੀਆਂ ਕਦੀ, ਕਦੀ ਨਹੀਂ ਸਰ, ਠੀਕ ਹੈ ਹੁਣ ਤੂੰ ਕਤਲ ਕਰਤਾ ਹੈ, ਕਤਲ ਦੀ ਸਜ਼ਾ ਪਤਾ ਹੈ, ਕਤਲ ਦੀ ਸਜ਼ਾ ਪਤਾ ਹੈ, ਬੋਲਣਾ ਹੈ, ਕੀ ਹੈ ਸਜ਼ਾ ਦੱਸ, ਕੀ ਸਜ਼ਾ ਹੈ ਕਤਲ ਦੀ, ਸਜ਼ਾਏ ਮੌਤ, ਸਜ਼ਾਏ ਮੌਤ, ਤੇ ਪੈਸੇ ਲੈ ਕੇ ਕਤਲ ਕਰਨ ਨਜ਼ਦੀਕ ਇਹੀ ਸਜ਼ਾ ਹੈ, ਤੈਨੂੰ ਸਜ਼ਾ ਹੋਣੀ ਚਾਹੀਦੀ, ਹੋਣੀ ਚਾਹੀਦੀ ਹੈ ਤੈਨੂੰ ਸਜ਼ਾ, ਮੈਂ ਬਹੁਤ ਵੱਡਾ ਸਰ ਗੁਨਾਹ ਕੀਤਾ ਹੈ, ਅੱਛਾ ਤੇ ਕੀ ਹੋਣਾ ਚਾਹੀਦਾ ਹੁਣ ਤੇਰੇ ਨਾਲ, ਕੀ ਹੋਣਾ ਚਾਹੀਦਾ ਦੱਸ, ਤੇਰੀ ਕੀ ਖੁਆਇਸ਼ ਹੈ, ਕੀ ਬੋਲ, ਆਵਾਜ਼ ਨਹੀਂ ਆ ਰਹੀ ਤੇਰੀ, ਫਿਰ ਮੈਂ ਹਾਸ਼ਮ ਨੂੰ ਫੜਾ ਦਿੱਤਾ ਸੀ ਉੱਥੇ, ਕਹਿੰਦੇ ਫੜਾਇਆ ਸੀ ਉਹ ਵੀ ਦੱਸ, ਮੈਂ ਇਹ ਜਦੋਂ ਮੈਂ ਐਸ ਪੀ ਸਾਹਿਬ ਅੱਗੇ ਪੇਸ਼ ਹੋਇਆ ਉਹਨਾਂ ਮੈਨੂੰ ਆਖਿਆ ਕਿ ਕੀ ਵਾਕਿਆ, ਮੈਂ ਸਾਰੀ ਗੱਲ ਦੱਸ, ਮੈਂ ਉਹਦੇ ਘਰ ਦੇ ਤੈਨੂੰ ਪਤਾ, ਮੈਂ ਕਿਹਾ ਹਾਂਜੀ ਮੈਨੇ ਉਹਦੀ ਰਾਇਸ਼ ਵੇਖੀ ਹੈ, ਉਹਦਾ ਦਫ਼ਤਰ ਵੀ ਵੇਖਿਆ ਹੈ, ਜਿਹੜੇ ਘਰ ਤੇ ਖੈਰ ਉਹਦੀ ਗਲੀ ਵੇਖੀ, ਜਿਹੜੇ ਗਲੀ 'ਚ ਉਹਦਾ ਘਰ ਹੈ ਅਤੇ ਦਫ਼ਤਰ ਉਹਦਾ ਮੈਂ ਸਹੀ ਤਰੀਕੇ ਨਾਲ ਵੇਖਿਆ ਹੈ, ਅਤੇ ਉਹਦੇ ਘਰ ਦੇ ਨਾਲ ਹੀ ਜਿੱਥੇ ਰੋਡ ਮੁੱਕਦਾ ਹੈ ਉੱਥੇ ਇੱਕ ਕਰੀਬੀ ਥਾਣਾ ਵੀ ਹੈ ਵੇ, ਜਦੋਂ ਘਰ ਨੂੰ ਜਾਈਏ ਕੋਈ ਰੋਡ ਜਾਂਦਾ ਨੁੱਕਰ ਦੇ ਥਾਣਾ ਹੈ, ਅਤੇ ਉਹ ਥਾਣੇ ਦਾ ਨਾਂ ਦੱਸਿਆ ਸੀ ਮੈਂ, ਅਤੇ ਹਾਸ਼ਮ ਦੇ ਤਸਵੀਰ ਦਿੱਤੀ ਸੀ ਫੇਸਬੁੱਕ ਤੋਂ ਕੱਢ ਗਿਆ, ਤੇ ਉਹਦਾ ਮੋਬਾਈਲ ਨੰਬਰ ਵਗੈਰਾ ਦਿੱਤੇ, ਮਤਲਬ ਤੂੰ ਪੁਲਿਸ ਦੀ ਮਦਦ ਕਰ ਲਈ, ਹੁਣ ਤੈਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਸਜ਼ਾ ਤੇ ਹੋਣੀ ਚਾਹੀਦੀ, ਮੈਂ ਬਹੁਤ ਵੱਡਾ ਗੁਨਾਹ ਕੀਤਾ, ਪਰ ਕਿਹੜਾ ਗੁਨਾਹ, ਸ਼ਰਮਿੰਦਗੀ ਤੇਰੇ ਮੂੰਹ ਤੇ ਹੈ ਨਹੀਂ, ਆਸੂ ਤੇਰੀ ਅੱਖ ਚੋਂ ਇੱਕ ਨਹੀਂ ਡਿੱਗਿਆ, ਸਰ ਤੂੰ ਸਫਾਕ ਕਾਤਲ ਹੈ, 5 ਗੋਲੀਆਂ ਮਾਰਤੀਆਂ, ਨਾਲ 4 ਦਿਨ ਸਵਾਂਦਾ ਰਿਹਾ, ਫਿਰ ਉਹਨੇ ਮਾਰਤਾ, ਹੁਣ ਫੜਵਾ ਦਿੰਦਾ ਨਾ, ਕੋਈ ਪਾਕਿਸਤਾਨੀ ਬੰਦਾ ਚੰਗਾ ਸ਼ਹਿਰੀ ਬੰਦਾ ਉਹ ਤੈਨੂੰ ਪਤਾ ਸੀ ਕਿ ਉਹਨੇ ਕਤਲ ਕੀਤਾ ਹੈ, ਉਹਨੂੰ ਫੜਵਾਉਂਦਾ ਪੁਲਿਸ ਕੋਲ, ਸਰ ਮੈਨੂੰ ਲੱਗਿਆ 5ਵੇਂ ਦਿਨ ਕੋਈ ਕਿਰਦਾਰ ਦਾ ਕੀਤਾ ਹੋਵੇ, ਕੋਈ ਮੈਨੂੰ ਲੱਗਿਆ 5ਵੇਂ ਦਿਨ ਪਤਾ ਹੈ ਕਿਨੇ ਮਰਡਰ ਕੀਤਾ ਉੱਥੇ, ਹੈ 5ਵੇਂ ਦਿਨ ਪਤਾ ਲੱਗਿਆ, ਕੀ ਬੰਨਾ ਕੀ ਚਾਹੁੰਦਾ ਸੀ, 12 ਪੜੇ ਆ ਸੀ, ਉਬਰ ਤੇ ਚਲਾਉਂਦਾ ਸੀ ਮੋਟਰਸਾਈਕਲ, ਉਹਨਾਂ 'ਚ ਕੀ ਬੰਨਾ ਚਾਹੁੰਦਾ ਸੀ, ਹਸਮ ਹਲੇ ਮੈਂ ਸਰ ਸਰਕਾਰੀ ਜੋਬ ਤੇ ਅਪਲਾਈ ਕੀਤਾ ਸੀ ਕਾਫੀ ਦਫਾ, ਪਰ ਉਹ 2-3 ਵਾਰ ਟੈਸਟ ਵੀ ਦਿੱਤੇ ਨੇ, ਸਜ਼ਾ ਦਾ ਦੱਸ ਹੁਣ ਫਾਈਨਲ ਗੱਲ ਮੁਕਾ, ਸਜ਼ਾ ਹੋਣੀ ਚਾਹੀਦੀ ਤੈਨੂੰ ਕਿ ਨਹੀਂ ਹੋਣੀ ਚਾਹੀਦੀ, ਕੀ ਪੁੱਛ ਰਿਹਾ ਮੈਂ, ਨੂੰ ਮਾਫ ਕੀਤਾ ਜਾਏ, ਮਾਫ ਕੀਤਾ ਜਾਏ, ਹੋਰ ਬੰਦੇ ਮਾਰਨੇ ਤੂੰ ਉਜਰਤ ਲੈ ਕੇ, ਹਾਂ 2.5 ਲੱਖ ਚ ਬੰਦਾ ਮਾਰਤਾ ਹੀ, ਜਿਹਨੇ ਮੇਰੇ ਕੋਲ ਸਾਰਾ ਕੁਛ ਕਰਵਾਇਆ ਸਰ, ਅਸਲੀ ਹੁਣ ਸਜ਼ਾ ਹੋਣੀ ਚਾਹੀਦੀ, ਤੈਨੂੰ ਨਹੀਂ ਹੋਣੀ ਚਾਹੀਦੀ, ਮੈਨੂੰ ਵੀ ਹੋਣੀ ਚਾਹੀਦੀ, ਮੈਂ ਨਾਲ ਹੀ ਹਾਂ, ਜਿੰਨਾ ਉਹਨੇ ਕੀਤਾ ਉਹਨਾਂ ਮੈਂ ਵੀ ਕੀਤਾ, ਦੋਨਾਂ ਨੂੰ ਹੋਣੀ ਚਾਹੀਦੀ, ਫਿਰ ਫਿਰ ਤੈਨੂੰ ਸਜ਼ਾ ਹੋਣੀ ਚਾਹੀਦੀ, ਕੀ ਹੋਣੀ ਚਾਹੀਦੀ, ਫਾਂਸੀ ਹੋਣੀ ਚਾਹੀਦੀ ਕਿ ਉਹਨਾਂ ਦੀ ਕੋਈ ਕੈਦ ਕੁਦ ਹੋਣੀ ਚਾਹੀਦੀ, ਹੁਣ ਵੀ ਦੱਸ ਨਾ ਤੇਰੇ ਕੀ ਤਾਸੁਰਾਤ ਹੈ, ਮਰਨ ਤੋਂ ਡਰ ਲੱਗਦਾ, ਮਰਨ ਤੋਂ ਡਰ ਲੱਗਦਾ, ਤੇਰੇ ਕੋਲ ਉਹਨੂੰ ਮਾਰਤਾ ਹੀ ਆਪ ਡਰ ਲੱਗਦਾ, ਕੋਈ ਪੈਗਾਮ ਦੇ ਉਹ ਆਪਣੇ ਵਰਗੇ ਬੰਦਿਆਂ ਨੂੰ ਜਿਹੜੇ ਪੈਸੇ ਲੈ ਕੇ ਲੋਕਾਂ ਨੂੰ ਕਤਲ ਕਰਦੇ, ਦੱਸ ਉਹਨਾਂ ਨੂੰ ਕੀ ਹੁੰਦਾ ਹੈ, ਬਸ ਉਹ ਮੇਰੇ ਵੱਲੋਂ ਵੇਖ ਲੈਣ ਕਿ ਕੀ ਕਤਲ ਕਰਕੇ ਕੀ ਹੁੰਦਾ, ਕਿਸੇ ਇਨਸਾਨ ਦੀ ਜਾਨ ਲੈਣਾ ਇੱਕ ਇਨਸਾਨ ਦੀ ਪੂਰੀ ਇਨਸਾਨੀਅਤ ਦੀ ਜਾਨ ਲੈਣ ਦੇ ਬਰਾਬਰ, ਨਾ ਕਤਲ ਕਦੀ ਛੁਪਿਆ ਅਤੇ ਨਾ ਛੁਪਣਾ।